अज का विषय जी थोड़ा सोहना, परम सत्कारयोग गुरु सवारी ते प्यारी सत्संग जीओ। आओ जी फतेह दी सांझ करिए। वाहिगुरु जी का खालसा, वाहिगुरु जी की फतेह। गुरमत अनुसार जिज्ञासियों नू उपदेश है कि उन्हां नू प्रभु भगती वास्ते थोड़ा सोहना चाहीदा है। डॉक्टर साहिबान के मुताबिक 3 तो 5 साल के बच्चों नू 10 तो 13 घंटे, 6 तो 13 साल के बच्चों नू 9 तो 11 घंटे, 14 तो 17 साल के उपर के नौजवान नू 8 तो 10 घंटे, 18 साल तो उपर व्यक्तियों नू 7 तो 9 घंटे की नींद की लोड़ है। सतगुरु जी के उपदेशों की विचार करने तो बाद यही सिट्टा निकलता है कि 18 साल तो उपर की उम्र के जिज्ञासुओं नू 7 तो 9 घंटे की नींद की लोड़ नहीं है। सर्व रोग दा औखद नाम मिशन चंडीगढ़ रजिस्टर्ड वालों छापी हुई गाइड विच दास ने अपने विचार दिते हुए हैं, जिहड़े फिर दोहराए जाते हैं। थोड़ा परंतु लोड़ अनुसार सोना। गूढ़ी नींद तकरीबन 3-4 घंटे वास्ते आउंदी है। आम तौर ते गूढ़ी नींद तो बाद सुपन अवस्था फिर नींद, सुपन अवस्था फिर नींद दे चक्कर पै जाईदा है। उत्तमता यह है कि गूढ़ी नींद तो बाद उठ जाइए, नाम ते आइए, ते इशनान बेहतर के केसी इशनान करके भजन बंदगी जुड़ जाइए। लोड़ अनुसार ते दिन विच काम काज लई पूरी सावधानता ते चुस्ती वास्ते दोबारा सौं सकदे हां। जे नहीं हो सकदा तां 4 तो 6 घंटे दी नींद बाद जरूर उठ जाना चाहीदा है। जे 10 बजे सुता जावे 4 बजे तो उठ ही जाना चाहीदा है। नोट करने वाली गल यह है कि सुपनियां नाल रोग वधदे हन ते मन तन कमजोर हुंदे हन, परंतु जागण विच हठ नहीं करना ਅਤੇ ਸੁੱਤੇ ਰਹਿਣ ਦੀ ਆਲਸ ਵੀ ਤਿਆਗਣੀ ਹੈ। ਇਹਨਾਂ ਮੋਟੇ ਅਸੂਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਣਾ ਸੌਣ ਦਾ ਸਮਾਂ ਨਿਯਤ ਕਰਨਾ ਹੈ। ਇਹ ਲੋੜ ਅਨੁਸਾਰ ਵਧਾਇਆ ਘਟਾਇਆ ਜਾ ਸਕਦਾ ਹੈ। ਪ੍ਰਮਾਣ ਅਲਪ ਆਹਾਰ ਸੁਲਭ ਸੇ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿ ਬੋ ਹੈ ਵਿਭੋ ਤ੍ਰਿਗੁਣ ਅਤੀਤ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਫਰਮਾਨ ਹਨ ਜਿਨ੍ਹਾਂ ਵਿੱਚ ਅੰਮ੍ਰਿਤ ਵੇਲੇ ਭਗਤੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸੂਰਜ ਚੜ੍ਹਨ ਤੋਂ 1 ਜਾਂ ਸਵਾ 1 ਪਹਿਰ 3 ਘੰਟਿਆਂ ਦਾ ਹੁੰਦਾ ਹੈ ਨੂੰ ਅੰਮ੍ਰਿਤ ਵੇਲਾ ਸਮਝਿਆ ਜਾਂਦਾ ਹੈ। ਅੰਮ੍ਰਿਤ ਵੇਲੇ ਦੀ ਭਗਤੀ ਬਹੁਤ ਫਲਦਾਇਕ ਹੁੰਦੀ ਹੈ, ਕਿਉਂਕਿ ਨੀਂਦ ਤੋਂ ਬਾਅਦ ਮਨ ਤੇ ਤਨ ਸਵਸਥ ਹੁੰਦੇ ਹਨ। ਗੁਰਬਾਣੀ ਵਿੱਚੋਂ ਕੁਝ ਸੰਬੰਧਿਤ ਫਰਮਾਨ ਸਾਂਝੇ ਕੀਤੇ ਜਾਂਦੇ ਹਨ। ਫਰਮਾਨ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਦੂਜਾ ਫਰਮਾਨ ਚਾ ਲਾਗੇ ਉਠ ਨਾਮ ਜਪ ਨਿਸਬਾਸਰ ਆਰਾਦ, ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ। ਅਰਥ ਦੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ, ਇਤਨਾ ਹੀ ਨਹੀਂ ਦਿਨ ਰਾਤ ਹਰ ਵੇਲੇ ਯਾਦ ਕਰ, ਕੋਈ ਚਿੰਤਾ ਫਿਕਰ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ। ਇਹ ਨਾਨਕ ਆਪ ਤੇਰੇ ਅੰਦਰੋਂ ਵੈਰ ਵਿਰੋਧ ਝਗੜੇ ਵਾਲਾ ਸੁਭਾਅ ਹੀ ਮਿਟ ਜਾਏਗਾ। ਚੌਥੇ ਪੈਰ ਸਬਾਹ ਕੇ ਸੁਰਦਿਆਂ ਉਪਜੈ ਚਾਓ, ਅਰਥ ਦੇ ਸਵੇਰ ਦੇ ਚੌਥੇ ਪੈਰ ਭਾਵ ਅੰਮ੍ਰਿਤ ਵੇਲੇ ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿੱਚ ਇਸ ਨੌਨਿਤ ਨਾਮ ਲਈ ਚਾਓ ਪੈਦਾ ਹੁੰਦਾ ਹੈ। ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨਾਉ, ਅਰਥ ਉਸ ਵੇਲੇ ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਉਹਨਾਂ ਦੇ ਮਨ ਵਿੱਚ ਤੇ ਮੂੰਹ ਵਿੱਚ ਸੱਚਾ ਨਾਮ ਵੱਸਦਾ ਹੈ। ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ,
ਉੱਥੇ ਸਤਸੰਗ ਵਿੱਚ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ। ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਅਗਲਾ ਫਰਮਾਨ, ਫਰੀਦਾ ਪਿਛਲ ਰਾਤ ਨੂੰ ਜਾਗਿਓ ਹੋ, ਜੀਵਦੜੋ ਮੋਇਓ ਹੋ। ਅਰਥ, ਹੇ ਫਰੀਦ, ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ ਇਹ ਕੋਝਾ ਜੀਵਨ ਜਿਉਂਦਾ ਹੀ ਤੂੰ ਮਰਿਆ ਹੋਇਆ ਹੈ। ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨੇ ਵਿਸਰਿਓ ਹੋ। ਅਰਥ, ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ, ਭਾਵ ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ। ਭਾਈ ਗੁਰਦਾਸ ਜੀ ਨੇ ਥੋੜ੍ਹਾ ਸੌਣ ਬਾਰੇ ਕਾਫ਼ੀ ਉਪਦੇਸ਼ ਦਿੱਤੇ ਹਨ। ਉਹਨਾਂ ਵਿੱਚ ਕੇਵਲ ਦੋ ਫਰਮਾਨ ਦਿੱਤੇ ਜਾਂਦੇ ਹਨ। ਪਹਿਲਾ, ਥੋੜ੍ਹਾ ਸੌਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ। ਦੂਜਾ ਫਰਮਾਨ, ਗੁਰਸਿੱਖ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਥੋੜ੍ਹਾ ਖਾਣਾ। ਸ੍ਰੀ ਗੁਰੂ ਗ੍ਰੰਥ ਜੀ ਵਿੱਚ ਇਸ ਤਰ੍ਹਾਂ ਦੇ ਵੀ ਫਰਮਾਨ ਹਨ ਕਿ ਸੰਤ ਦਿਨ ਰਾਤ ਜਾਗਦੇ ਹਨ। ਆਮ ਤੌਰ 'ਤੇ ਸਤਿਕਾਰਯੋਗ ਵਿਦਵਾਨ ਰਾਤ ਜਾਗਣ ਤੋਂ ਇਹ ਅਰਥ ਕੱਢਦੇ ਹਨ ਕਿ ਉਹ ਸੌਂਦੇ ਹਨ ਪਰੰਤੂ ਮਾਇਆ ਦੀ ਨੀਂਦ ਵਿੱਚ ਨਹੀਂ ਆਉਂਦੇ ਹਨ। ਦਾਸ ਦੀ ਸਨਿਮਰ ਬੇਨਤੀ ਹੈ ਕਿ ਇਹੋ ਜਿਹੇ ਅਰਥ ਠੀਕ ਨਹੀਂ ਹਨ। ਨੀਂਦ ਦੀ ਲੋੜ ਅਧਿਆਤਮਕ ਅਵਸਥਾ 'ਤੇ ਨਿਰਭਰ ਹੁੰਦੀ ਹੈ। ਚਾਰ ਲਾਵਾਂ ਪਰਮੇਸ਼ੁਰ ਦੀ ਪੂਰਨ ਪ੍ਰਾਪਤੀ ਦੇ ਚਾਰ ਪੜਾਅ ਹਨ। ਦੂਜੀ ਲਾਮ ਦੀ ਅਵਸਥਾ ਵਿੱਚ ਗੁਰੂ ਦੇ ਮੇਲ ਨਾਲ ਪਰਮੇਸ਼ੁਰ ਸਾਰੇ ਨਜ਼ਰ ਆਉਂਦਾ ਹੈ ਅਤੇ ਨਾਮ ਮੰਤਨ ਵਿੱਚ ਵਸ ਜਾਂਦਾ ਹੈ। ਨਾਮ ਕੁਮਾੜੀ ਚੜ੍ਹੀ ਰਹਿੰਦੀ ਹੈ। ਗੁਰਮੁਖ ਨੂੰ ਇਸ ਅਵਸਥਾ ਵਿੱਚ ਕੇਵਲ 2-3 ਘੰਟੇ ਦੀ ਨੀਂਦ ਦੀ ਲੋੜ ਰਹਿੰਦੀ ਹੈ। ਤੀਸਰੀ ਲਾਮ ਪੂਰਨ ਸੰਤ ਬਾਰੇ ਹੈ ਅਤੇ ਚੌਥੀ ਲਾਮ ਬ੍ਰਹਮ ਗਿਆਨੀ ਬਾਰੇ ਹੈ। ਪੂਰਨ ਸੰਤ ਨਾਮ ਰਸ ਨਾਲ ਹਰ ਵਕਤ ਭਰਪੂਰ ਰਹਿੰਦਾ ਹੈ। ਉਸਦੇ ਨੇੜੇ ਕੋਈ ਰੋਗ ਨਹੀਂ ਆ ਸਕਦਾ ਅਤੇ ਉਸਨੂੰ ਕਦੇ ਥਕਾਵਟ ਨਹੀਂ ਹੁੰਦੀ। ਇਸ ਵਾਸਤੇ ਉਹ ਦਿਨ ਰਾਤ ਜਾਗਦਾ ਹੈ ਅਤੇ ਭਗਤੀ ਵਿੱਚ ਲੀਨ ਰਹਿੰਦਾ ਹੈ। ਦਾਸ ਦੂਸਰੀ ਲਾਮ ਦੇ ਭਗਤ ਦੇ ਤੌਰ 'ਤੇ ਆਪਣੇ ਅਨੁਭਵ ਨੂੰ ਵੇਖਦੇ ਹੋਇਆ ਪੂਰਨ ਸੰਤ ਦੇ ਰਾਤ ਦਿਨੇ ਜਾਗਣ ਬਾਰੇ ਵਿਚਾਰ ਦੇ ਰਿਹਾ ਹੈ। ਗੁਰਬਾਣੀ ਵਿੱਚੋਂ ਸੰਤ ਦੇ ਦਿਨ ਰਾਤ ਜਾਗਣ ਬਾਰੇ ਕੁਝ ਫਰਮਾਨ ਦਿੱਤੇ ਜਾਂਦੇ ਹਨ। ਪਹਿਲਾ, ਪਿੰਨੀ ਰਹਿਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਦੂਜਾ, ਗੁਰਮੁਖ ਜਾਗ ਰਹੇ ਦਿਨ ਰਾਤੀ। ਤੀਜਾ, ਗੁਰਮੁਖ ਜਾਗ ਨੀਂਦ ਨਾ ਸੋਵੈ। ਚੌਥਾ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਅੰਤ ਵਿੱਚ ਬੇਨਤੀ ਹੈ ਕਿ ਮਨ ਦੀ ਪੂਰੀ ਇਕਾਗਰਤਾ ਵਾਸਤੇ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਚਾਹੀਦਾ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਨੀਂਦ ਦਾ ਸਮਾਂ ਨਾ ਲੋੜ ਤੋਂ ਵੱਧ ਹੋਵੇ ਅਤੇ ਨਾ ਹੀ ਘੱਟ ਹੋਵੇ। ਨੀਂਦ ਬਾਰੇ ਨਾ ਹੱਠ ਕਰਨਾ ਹੈ ਅਤੇ ਨਾ ਹੀ ਆਲਸ ਕਰਨੀ ਹੈ। ਜਿਵੇਂ ਜਿਵੇਂ ਅਧਿਆਤਮਿਕ ਅਵਸਥਾ ਉੱਚੀ ਹੁੰਦੀ ਜਾਵੇਗੀ ਤਿਵੇਂ ਤਿਵੇਂ ਨੀਂਦ ਦੀ ਲੋੜ ਘੱਟਦੀ ਜਾਵੇਗੀ। ਦਾਸ ਪਿਆਰੀ ਸਤਸੰਗ ਜੀ ਤੋਂ ਪੁੱਲ ਯੁਗ ਦੀ ਖਿਮਾ ਮੰਗਦਾ ਹੋਇਆ ਸਮਾਪਤੀ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।